ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੀ ਇਸ ਨਵੀਂ ਵੀਡੀਓ ਵਿੱਚ। ਇਹ ਜਿਹੜੀ ਵੀਡੀਓ ਹੈ ਸਪੈਸ਼ਲ F1 ਐਪਲੀਕੈਂਟ ਵਾਸਤੇ ਰਹੇਗੀ, ਮਤਲਬ ਸਟੂਡੈਂਟ ਵੀਜ਼ਾ ਜਿਹੜੇ USA ਅਪਲਾਈ ਕਰਨਾ ਚਾਹੁੰਦੇ। ਆਪਾਂ ਲੇਟੈਸਟ ਜੋ ਅਪਡੇਟਸ ਹੋਣਗੀਆਂ ਉਹ ਸ਼ੇਅਰ ਕਰਾਂਗੇ। ਵੀਡੀਓ ਨੈਂਡ ਤੱਕ ਦੇਖਿਓ ਅਤੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ 9041090410 'ਤੇ ਕਾਲ ਕਰ ਸਕਦੇ ਹੋ। ਸਾਡੇ ਨੀਅਰ ਬਾਏ ਬ੍ਰਾਂਚ ਆਫਿਸ ਆ ਕੇ ਵੀ ਤੁਸੀਂ ਜਿਹੜਾ ਉਹ ਮਿਲ ਸਕਦੇ ਹੋ। F1 ਕੈਟੇਗਰੀ ਜਦੋਂ ਸਟੂਡੈਂਟ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹ F1 ਕੈਟੇਗਰੀ ਦੇ ਅੰਦਰ ਹੀ ਅਪਲਾਈ ਹੁੰਦਾ ਹੈ। ਪ੍ਰੋਸੈਸ ਸਿੰਪਲ ਜਿਹਾ ਹੁੰਦਾ ਹੈ, ਤੁਸੀਂ ਆਪਣਾ I-20 ਲੈਣਾ, I-20 ਅਪਲਾਈ ਹੋਣਾ, ਜਿਹੜਾ ਆਫਰ ਲੈਟਰ ਵਾਂਗੂ ਕਾਊਂਟ ਕਰ ਸਕਦੇ। ਬਟ ਇਸ ਤੋਂ ਉੱਪਰ ਦੀ ਚੀਜ਼ ਹੁੰਦੀ ਹੈ, ਇਨਰੋਲਮੈਂਟ ਦੀ ਕਨਫਰਮੇਸ਼ਨ ਹੀ ਹੁੰਦੀ ਹੈ। ਇਹਦਾ ਤੁਹਾਡੀ I-20 ਤੁਹਾਨੂੰ ਪਹਿਲਾਂ ਗੇਨ ਕਰਨੀ ਪੈਂਦੀ, ਉਸ ਤੋਂ ਬਾਅਦ ਤੁਸੀਂ ਸਰਵਿਸ ਫੀਸ ਭਰਦੇ ਹੋ, ਉਸ ਤੋਂ ਬਾਅਦ ਅੰਬੈਸੀ ਫੀਸ ਭਰ ਕੇ ਅਪੁਆਇੰਟਮੈਂਟ 'ਤੇ ਜਾ ਕੇ ਅਤੇ ਵੀਜ਼ਾ ਹਾਸਲ ਕਰਦੇ ਹੋ ਜਾਂ ਆਪਣਾ ਰਿਜ਼ਲਟ ਹਾਸਲ ਕਰਦੇ ਹੋ। ਇਹ ਪ੍ਰੋਸੈਸ ਸਭ ਨੂੰ ਪਤਾ ਹੈ, ਇਹਦੇ ਥਰੂ ਹੀ ਜਿਹੜਾ ਐਪਲੀਕੇਸ਼ਨ ਚੱਲਦੀਆਂ ਨੇ। ਅਤੇ ਅਗਲਾ ਇਨਟੇਕ ਜਿਹੜਾ ਸਤੰਬਰ ਦਾ ਐਡਮਿਸ਼ਨ ਚੱਲਣਾ ਸਟਾਰਟ ਹੋ ਗਿਆ, ਲਿਮਿਟਡ ਵੇ ਨਾਲ ਕੁਛ ਮਈ ਦੇ ਆਪਸ਼ਨ ਵੀ ਹੈਗੇ ਨੇ। ਇਹਨਾਂ ਸਾਰਿਆਂ ਦੇ ਵਿੱਚ ਹੋ ਗਿਆ ਐਡਮਿਸ਼ਨ ਹੋ ਗਿਆ, ਆਪਾਂ ਨੂੰ ਪਤਾ ਕਿ ਅਗਲੇ ਇਨਟੇਕ ਅਵੇਲੇਬਲ ਹੈਗੇ ਨੇ, ਜਿਹਨਾਂ ਨੇ ਅਪਲਾਈ ਕਰਨਾ ਕੰਡਕਟ ਕਰ ਸਕਦੇ ਆ। ਬਟ ਇਹ 'ਚ ਇੱਕ ਵਾਰ ਵਾਰ ਕੁਸ਼ਚਨ ਆਉਂਦਾ, F1 ਸਟੂਡੈਂਟ ਵੀਜ਼ਾ ਜਿਹਨਾਂ ਨੇ ਅਪਲਾਈ ਕੀਤਾ ਹੋਇਆ ਕਰਨਾ ਹੈ ਕਿ ਸਾਨੂੰ ਉਹ ਜਿਹੜੀ ਅਪੁਆਇੰਟਮੈਂਟ ਹੈ ਉਹਨੂੰ ਲੈ ਕੇ ਕੀ ਸਿਨੈਰੀਓ ਚੱਲ ਰਿਹਾ। ਕਿਉਂਕਿ ਦੇਖੋ ਦੋਸਤੋ, ਰਾਈਟ ਨਾਓ ਅਪੁਆਇੰਟਮੈਂਟ ਥੋੜ੍ਹੀਆਂ ਡਿਫੀਕਲਟ ਨੇ, ਲਿਮਿਟਡ ਵੇ ਨਾਲ ਐਪਲੀਕੈਂਟ ਨੂੰ ਮਿਲ ਰਹੀਆਂ ਨੇ ਜਾਂ ਕੁਛ ਰੈਂਡਮ ਸੈਂਟਰਸ 'ਤੇ ਜਾਣਾ ਪੈਂਦਾ, ਜਾਂ ਜਿੱਦਾਂ ਦਿੱਲੀ ਨਹੀਂ ਮਿਲ ਰਹੀਆਂ ਅਤੇ ਕੋਈ ਚੇਨਈ ਸਾਈਡ ਦੇਖ ਰਿਹਾ, ਬੰਬੇ ਸਾਈਡ ਦੇਖ ਰਿਹਾ। ਬਟ ਹਰ ਪਾਸੇ ਸਲੋਟ ਜਿਹੜੇ ਨੇ ਉਹ ਬਹੁਤ ਘੱਟ ਮਿਲਦੇ ਨੇ, ਜਾਂ ਕਈ ਵਾਰ ਬੰਦਾ ਵਾਰ ਵਾਰ ਚੈੱਕ ਕਰਨ ਨੂੰ ਮਿਲਦਾ ਨਹੀਂ ਜਾਂ ਕਿਸੇ ਦਾ ਬੁੱਕ ਵੀ ਹੋ ਜਾਂਦਾ, ਕਿਸੇ ਨੂੰ ਨਹੀਂ ਮਿਲਦਾ। ਮਤਲਬ ਕਿ ਸਲੋਟ ਹਾਈ ਕਮਿਸ਼ਨ ਨੇ ਲਿਮਿਟਡ ਹੀ ਛੱਡੇ ਹੋਏ ਨੇ ਜੀ। ਰਾਈਟ ਨਾਓ ਪਹਿਲੀ ਗੱਲ ਹੈ, ਜਦੋਂ ਮੇਜਰ ਇਨਟੇਕ ਦੀ ਆਪਾਂ ਗੱਲ ਕਰਦੇ ਤਾਂ ਆਪਾਂ ਨੂੰ ਪਤਾ ਕਿ ਸਪਤੰਬਰ ਬੜਾ ਮੇਜਰ ਕਾਊਂਟ ਹੁੰਦਾ ਹੈ, ਜਨਵਰੀ ਵੀ ਸੀਗਾ, ਇਸ ਤੋਂ ਬਾਅਦ ਸਪਤੰਬਰ ਬੜਾ ਮੇਜਰ ਇਨਟੇਕ ਕਾਊਂਟ ਹੁੰਦਾ ਹੈ। ਤਾਂ ਉਹ ਮੇਜਰ ਇਨਟੇਕ ਨੂੰ ਲੈ ਕੇ ਹਮੇਸ਼ਾ ਐਕਸਟਰਾ ਸਲੋਟ ਦਿੰਦੇ ਨੇ, ਬਟ ਇੱਦਾਂ ਨਹੀਂ ਹੈ ਕਿ ਬਿਲਕੁਲ ਨਹੀਂ ਮਿਲ ਰਹੇ। ਯੈਸ, ਲਿਮਿਟਡ ਵੇ ਨਾ, ਬਟ ਜਿੰਨੇ ਚਾਹੀਦੇ ਆ ਸਲੋਟ ਉਨੇ ਜ਼ਿਆਦਾ ਨਹੀਂ ਮਿਲ ਰਹੇ। ਹਾਈ ਕਮਿਸ਼ਨ ਹੁਣ ਅਪਡੇਟ ਤਾਂ ਕੀਤੀ ਹੈ ਕਿ ਉਹ ਹੌਲੀ ਹੌਲੀ ਜਿਹੜੇ ਸਲੋਟ ਰਿਲੀਜ਼ ਕਰਨੇ ਸ਼ੁਰੂ ਕਰਨਗੇ, ਬਟ ਸਟਿਲ ਅਜੇ ਕਾਫੀ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਸਲੋਟ ਨਹੀਂ ਮਿਲ ਰਹੇ। ਉਹਦੇ ਲਈ ਤੁਹਾਨੂੰ ਜਿਹੜਾ ਆਪਣੇ ਕੰਸਲਟੈਂਟ ਨਾਲ ਗੱਲ ਕਰਨੀ ਪੈਣੀ ਹੈ ਅਤੇ ਟਰਾਈ ਕਰਦੇ ਰਹਿਣਾ ਪੈਣਾ, ਕਿਉਂਕਿ 19 ਸਲੋਟ ਜਿੰਨੇ ਜਨਵਰੀ ਵਾਸਤੇ ਮਿਲ ਰਹੇ ਸੀਗੇ ਜਾਂ ਪਿਛਲੇ ਸਤੰਬਰ 'ਚ ਮਿਲ ਰਹੇ ਸੀ, ਉਹਦੇ ਨਾਲ ਰੇਸ਼ੋ ਜੇ ਮੈਚ ਨਹੀਂ ਹੋ ਰਹੀ, ਹੋ ਸਕਦਾ ਸਾਲ ਦੀ ਸਟਾਰਟਿੰਗ ਹੈ ਤਾਂ ਹਾਈ ਕਮਿਸ਼ਨ ਅਜੇ ਲਿਮਿਟਡ ਵੇ ਨਾਲ ਸਲੋਟ ਛੱਡੇਗਾ। ਹਾਂ, ਹੁਣ ਕਈ ਬੱਚਿਆਂ ਦਾ ਸਵਾਲ ਆਉਂਦਾ ਜੀ ਸਾਡੀ I-20 ਐਕਸਪਾਇਰ ਹੋ ਜਾਣੀ, ਸਾਨੂੰ ਜੇ ਅਪੁਆਇੰਟਮੈਂਟ ਨਾ ਮਿਲੀ। ਤਾਂ ਦੇਖੋ ਦੋਸਤੋ, ਅਪੁਆਇੰਟਮੈਂਟ ਆਨਲਾਈਨ ਹੀ ਹੋਣੀ ਹੈ, ਉਹ ਹਾਈ ਕਮਿਸ਼ਨ ਦੇ ਪੋਰਟਲ 'ਤੇ ਜਾ ਕੇ ਹੀ ਹੋਣੀ ਹੈ, ਉਹ ਇੱਦਾਂ ਨਹੀਂ ਹੈ ਕਿ ਤੁਸੀਂ ਮੈਨੂਲੀ ਚਲੇ ਜਾਓਗੇ। ਉਹ ਉਹਨਾਂ ਵੱਲੋਂ ਅਗਰ ਸਲੋਟ ਕੱਟਣੇ ਤਾਂ ਉਹਦੀ ਪਰੇਸ਼ਾਨੀ ਸਭ ਨੂੰ ਆਉਂਦੀ ਹੈ। ਸੋ ਅਸੀਂ ਵੀ ਕਈ ਕੇਸਾਂ 'ਚ ਫੇਸ ਕਰ ਰਹੇ ਹਾਂ, ਤੁਹਾਨੂੰ ਵੀ ਆ ਰਹੀ ਹੋਏਗੀ। ਮਿਲਦੇ ਆ, ਠੀਕ ਹੈ। ਵੈਸੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਮਾਰਚ ਤੋਂ ਬਾਅਦ ਅਪ੍ਰੈਲ ਦੇ ਵਿੱਚ ਥੋੜ੍ਹੇ ਸਲੋਟ ਨੂੰ ਲੈ ਕੇ, ਜਿਹੜਾ ਕਿਉਂਕਿ ਜਿੱਦਾਂ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਵੇਟਿੰਗ ਰਹਿੰਦਾ, ਇੱਕ ਨਾ ਬੁੱਕ ਕਰ ਲਓ, ਉਸ ਤੋਂ ਬਾਅਦ ਐਮਰਜੈਂਸੀ ਅਪੁਆਇੰਟਮੈਂਟ ਦੇ ਅੰਦਰ ਰਿਕੁਐਸਟ ਕਰ ਸਕਦੇ ਜਦੋਂ ਕਲਾਸਾਂ ਨੇੜੇ ਨੇ, ਤਾਂ ਉਹ ਕਰਨਗੇ। ਉਹ ਕੁਛ ਹੁਣ ਅਪਡੇਟ ਚੱਲ ਰਹੀਆਂ ਨੇ, ਈਵਨ ਕਈ ਜਗ੍ਹਾ 'ਤੇ ਵਿਜ਼ਟਰ ਵਾਸਤੇ B1 B2 ਦੇ ਉੱਪਰ ਵੀ ਅਪਡੇਟ ਚੱਲ ਰਹੀਆਂ ਨੇ ਕਿ ਜਲਦੀ ਅਪੁਆਇੰਟਮੈਂਟ ਮਿਲਣਗੀਆਂ। ਤਾਂ ਇਹਦਾ ਮਤਲਬ ਹੈ ਕਿ F1 ਕੈਟੇਗਰੀ ਵਾਸਤੇ ਵੀ ਥੋੜ੍ਹੇ ਐਕਸਟਰਾ ਸਲੋਟ ਉਹ ਇਸ਼ੂ ਕਰਨਗੇ। ਉਹ ਹੋ ਸਕਦਾ ਕਿ ਜਦੋਂ ਤੁਸੀਂ ਵੀਡੀਓ ਦੇਖੋ ਕਰਦੇ ਹੋਣ, ਜਾਂ ਮਾਰਚ ਐਂਡ ਦੇ ਆਸ ਪਾਸ ਤੱਕ ਕੋਈ ਨਾ ਕੋਈ ਇਸ 'ਤੇ ਅਪਡੇਟ, ਮਿਡ ਤੋਂ ਬਾਅਦ ਜਾਂ ਕੋਈ ਨਾ ਕੋਈ ਅਪਡੇਟ 20 ਤਰੀਕ ਤੋਂ ਬਾਅਦ ਸ਼ਾਇਦ ਇਸ ਚੀਜ਼ ਦੇ ਉੱਪਰ ਆ ਸਕਦੀ ਹੈ ਕਿ ਐਪਲੀਕੈਂਟ ਨੂੰ ਐਕਸਟਰਾ ਸਲੋਟ ਮਿਲ ਸਕਦੇ ਨੇ। ਬਟ ਅਪਡੇਟ ਵਾਸਤੇ ਇਹ ਕੰਮ ਕਰਿਆ ਕਰੋ। ਹਾਈ ਕਮਿਸ਼ਨ ਨਾਲ ਕਈ ਵਾਰ ਫਰਾਈਡੇ ਲਾਈਵ ਕਰਦਾ ਹੁੰਦਾ, ਕੁਸ਼ਚਨ ਆਨਸਰ ਸੈਸ਼ਨ ਰੱਖ ਦਿੰਦੇ ਨੇ ਫੇਸਬੁੱਕ ਪੇਜ 'ਤੇ, ਚੱਲ ਜਿਓ ਉੱਥੇ ਵੀ ਤੁਸੀਂ ਇਹ ਕੁਸ਼ਚਨ ਪੁੱਛ ਸਕਦੇ ਹੋ। ਉੱਥੇ ਵੀ ਉਹ ਅਪਡੇਟ ਕਰਦੇ ਰਹਿੰਦੇ ਆ ਕਿ ਉੱਥੇ ਕੰਮ ਚੱਲ ਰਹੇ ਨੇ, ਜਲਦੀ ਅਵੇਲੇਬਲ ਹੋਣਗੇ। ਮੈਨੂੰ ਲੱਗਦਾ ਕਿ ਹੁਣ ਮਾਰਚ ਐਂਡ ਤੱਕ ਇਸ 'ਤੇ ਅਪਡੇਟ ਆ ਜਾਏ, ਕਿਉਂਕਿ ਮਈ ਇਨਟੇਕ ਨੇੜੇ ਆ ਗਿਆ। ਅਤੇ ਜਿਨ੍ਹਾਂ ਨੇ ਅਪਲਾਈ ਕੀਤਾ, ਡੋਂਟ ਵਰੀ, ਤੁਹਾਨੂੰ ਜਿਹੜੇ ਸਲੋਟਸ ਵਗੈਰਾ ਨੇ ਹੁਣ ਅੱਗੇ ਚੱਲ ਕੇ ਮਿਲਣੇ ਸਟਾਰਟ ਹੋ ਸਕਦੇ ਆ। ਨਹੀਂ ਤਾਂ ਜਿੱਦਾਂ ਬਾਈ ਚਾਂਸ ਕਿਸੇ ਦਾ ਰਹਿ ਜਾਂਦਾ ਤਾਂ ਉਹਨੂੰ ਵੈਰੀ ਓਬੀਅਸ ਹੈ ਕਿ ਡੈਫਰਮੈਂਟ 'ਤੇ ਹੀ ਕੰਮ ਕਰਨਾ ਪੈਣਾ। ਬਟ ਓਵਰਆਲ ਪ੍ਰੋਸੈਸ ਜਿਹੜਾ ਤੁਸੀਂ ਸਟਾਰਟ ਰੱਖ ਸਕਦੇ ਹੋ, ਜਿਨ੍ਹਾਂ ਨੇ ਐਡਮਿਸ਼ਨ ਵੀ ਲੈਣਾ, ਐਡਮਿਸ਼ਨ ਨਾ ਰੋਕਿਆ ਕਰੋ, ਕਿਉਂਕਿ ਚੀਜ਼ਾਂ ਪਹਿਲਾਂ ਕੈਨੇਡਾ 'ਚ ਵੀ ਦਿੱਕਤ ਆ ਰਹੀ ਸੀ ਕਿ ਬਾਇਓਮੈਟ੍ਰਿਕ ਨਹੀਂ ਮਿਲ ਰਹੀ ਸੀ। ਐਡਮਿਸ਼ਨ ਚੱਲਦਾ ਰੱਖੋ, ਆਪਣੀ ਫਾਈਲ ਨੂੰ ਰੈਡੀ ਫੋਰ ਲੌਂਚਮੈਂਟ ਕਰਕੇ ਰੱਖੋ, ਕਿਉਂਕਿ ਇੱਦਾਂ ਨਹੀਂ ਹੈ ਕਿ ਇੱਧਰ ਅੱਜ ਸਲੋਟ ਖੁੱਲ੍ਹੇ ਤਾਂ ਤੁਸੀਂ ਰਾਤ ਰਾਤ ਬੁੱਕ ਕਰ ਲਓ, ਕਿ ਪਹਿਲਾਂ ਤੁਹਾਨੂੰ ਸਰਵਿਸ ਫੀਸ ਭਰਨੀ ਪੈਂਦੀ ਹੈ, ਫਿਰ ਤੁਹਾਨੂੰ ਫੋਰਮ ਆਈ ਜਿਹੜਾ DS ਫੋਰਮ ਭਰ ਕੇ ਨਾਲ ਤੁਸੀਂ ਜਿਹੜਾ ਅੰਬੈਸੀ ਫੀਸ ਵੀ ਪੇ ਕਰਨੀ, ਉਸ ਤੋਂ ਬਾਅਦ ਤੁਹਾਨੂੰ ਸਲੋਟ ਸ਼ੋਅ ਹੋਣਾ। ਇਹ ਸਾਰੇ ਪ੍ਰੋਸੀਜਰ ਕਰਕੇ ਰੱਖੋ, ਆਪਣੇ ਕੰਸਲਟੈਂਟ ਤੋਂ ਕਰਾ ਕੇ ਰੱਖੋ, ਤਾਂ ਕਿ ਜਿੱਦਾਂ ਹੀ ਸਲੋਟ ਹੋਣ ਤੁਸੀਂ ਨਾਲ ਦੀ ਨਾਲ ਬੁੱਕ ਕਰਾ ਸਕੋ। ਇਹਨਾਂ ਚੀਜ਼ਾਂ 'ਤੇ ਕੰਮ ਜਿਹੜਾ ਉਹ ਕਰਦੇ ਰਹੋ। ਬਾਕੀ ਅੱਗੇ ਚੱਲ ਕੇ ਜਿੱਦਾਂ ਹੋਰ ਅਪਡੇਟ ਆਉਣਗੀਆਂ, ਮੈਂ ਕਿਸੇ ਵੀਡੀਓ ਜਿਹੜੇ ਜ਼ਰੂਰ ਤੁਹਾਨੂੰ ਅਪਡੇਟ ਕਰ ਦੂੰਗਾ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਤਾਂ ਕਿ ਲੇਟੈਸਟ ਜਿਹੜੀ ਅਪਡੇਟ ਚੱਲ ਰਹੀਆਂ ਹੁੰਦੀਆਂ ਨੇ ਉਹ ਤੁਹਾਡੇ ਤੱਕ ਜਿਹੜੀਆਂ ਟਾਈਮਲੀ ਜਿਹੜੀਆਂ ਉਹ ਪਹੁੰਚਦੀਆਂ ਰਹਿ ਸਕਣ। ਸੋ ਇੱਥੇ ਵਾਈਂਡ ਅਪ ਕਰਦੇ ਹਾਂ ਅੱਜ ਨੂੰ, ਸ਼ੋਅ ਨੂੰ ਇਸ ਨੂੰ ਕੱਲ੍ਹ ਮਿਲਦੇ ਹਾਂ ਜਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਨਵੀਂ ਅਪਡੇਟ ਦੇ ਨਾਲ। ਅੱਜ ਲਈ ਇੰਨਾ ਹੀ, ਧੰਨਵਾਦ।